ਹੈ ਸਾਰਿਆਂ ਨੂੰ ਜਿਹੜਾ ਪੰਜਾਬ ਦਾ ਮੇਨ ਯੂਥ ਹੈ ਉਹ ਸਾਰਾ ਕੈਨੇਡਾ ਜਾਣਾ ਚਾਹੁੰਦਾ ਉਹ ਰੀਸੈਂਟਲੀ ਜਿਹੜੀ ਹੈ ਕੈਨੇਡਾ ਦੀ ਇੰਟਰਵਿਊ ਆਉਣੀ ਸ਼ੁਰੂ ਹੋ ਗਈਆਂ ਹੁਣ ਇੰਟਰਵਿਊ ਕਿਉਂ ਆ ਰਹੀਆਂ ਬੱਚੇ ਘਬਰਾਏ ਹੋਏ ਹੈ ਕਿ ਇੰਟਰਵਿਊ ਸਾਡੀ ਕਿਉਂ ਆ ਰਹੀ ਹੈ ਇੰਟਰਵਿਊ ਦੇ ਕੁਛ ਰੀਜ਼ਨ ਹੁੰਦੇ ਆ ਆਉਣ ਦੇ ਇਹਦਾ ਮਤਲਬ ਆਇਲਟਸ ਉਹਨਾਂ ਨੂੰ ਲੱਗਿਆ ਕਿ ਬੱਚਿਆਂ ਦੀ ਨਕਲੀ ਲੱਗ ਰਹੀ ਹੈ ਉਹਨਾਂ ਨੂੰ ਇੰਗਲਿਸ਼ ਦੇ ਤੁਹਾਡੇ ਡਾਊਟ ਹੈ ਇਸ ਕਰਕੇ ਇੰਟਰਵਿਊ ਬੁਲਾ ਰਹੇ ਹੈ ਔਰ ਡਰੋ ਨਾ ਤੁਸੀਂ ਜੇ ਸਹੀ ਬੱਚੇ ਹੋ ਇੰਟਰਵਿਊ ਦੇਣ ਜਾਓ ਤੇ ਉਹ ਸਿੰਪਲ ਕੁਸਚਨ ਪੁੱਛ ਰਹੇ ਹੈ ਤੁਹਾਡਾ ਬੈਸਟ ਫਰੈਂਡ ਕੌਣ ਹੈ ਹੂ ਇਜ਼ ਯੋਰ ਬੈਸਟ ਫਰੈਂਡ ਵਟ ਇਜ਼ ਯੋਰ ਫੇਵਰੇਟ ਕਲਰ ਜਾਂ ਹਾਊ ਯੂ ਆਰ ਕੀਪਿੰਗ ਯੋਰ ਸੈਲਫ ਹੈਲਦੀ ਸੋ ਲਿਕ ਇੱਦਾਂ ਦੇ ਸਿੰਪਲ ਸਿੰਪਲ ਜੇ ਕੁਸਚਨ ਦੋ ਚਾਰ ਕੁਸਚਨ ਪੁੱਛ ਰਹੇ ਹੈ ਤੁਹਾਡਾ ਪਾਸਪੋਰਟ ਦੇਖਦੇ ਆ ਤੁਹਾਡਾ ਐਡਸ ਦੇਖਦੇ ਆ ਦੈਨ ਯੂ ਆਰ ਆਲਮੋਸਟ ਡਨ ਇਫ ਯੂ ਆਰ ਗੁੱਡ ਅਤੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਕੈਨੇਡਾ ਹਮੇਸ਼ਾ ਵੀਜ਼ਾ ਦਿੰਦਾ ਰਿਹਾ ਸਾਡੇ ਜਿਹੜੇ ਹੁਣ ਵੀਜ਼ੇ ਆਏ ਤਿੰਨ ਤਿੰਨ ਚਾਰ ਚਾਰ ਰਿਜੈਕਸ਼ਨ ਵਾਲੇ ਮਾਰਕੀਟ ਤੋਂ ਜਿਹੜੇ ਰਿਜੈਕਸ਼ਨ ਲੈ ਕੇ ਬੱਚੇ ਆਏ ਸੀਗੇ ਉਹਨਾਂ ਦੇ ਵੀ ਵੀਜ਼ੇ ਆਏ ਆ ਸੋ ਡੋਂਟ ਵਰੀ ਇੰਟਰਵਿਊ ਤੋਂ ਔਰ ਕੈਨੇਡਾ ਇਜ਼ ਆਲਵੇਜ਼ ਆਨ ਮੇ ਇਨਟੇਕ ਓਪਨ ਹੈ ਅੱਛੇ ਅੱਛੇ ਕੋਰਸਿਸ ਓਪਨ ਹੈ ਯੂ ਕੈਨ ਅਪਲਾਈ ਇਮੀਡੀਏਟਲੀ ਜਿੰਨੀ ਮਰਜ਼ੀ ਰਿਜੈਕਸ਼ਨ ਹੋ ਨੈਵੀਗੇਟਰਸ ਦੇ ਕੋਲ ਆਓ 26 ਸਾਲ ਦਾ ਸਾਡਾ ਤਜਰਬਾ ਹੈ ਵੀਜ਼ਾ ਤੁਹਾਨੂੰ ਲਿਆ ਕੇ ਦੇਵਾਂਗੇ ਥੈਂਕ ਯੂ ਸੋ ਮਚ